ਜੇਲਮ ਨਦੀ ਵਿੱਚ ਆਏ ਹੜ੍ਹ ਕਾਰਨ ਜੰਮੂ 'ਚ ਹਾਲਾਤ ਵੱਧ ਤੋਂ ਹੋਏ ਬਦਤਰ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਕੀਤਾ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ। ਪਿਛਲੇ 3 ਦਿਨਾਂ ਤੋਂ ਪੈ ਰਹੀ ਬਾਰਿਸ਼ ਨੇ ਬੁਝਾਏ ਇੱਕੋ ਹੀ ਪਰਿਵਾਰ ਦੇ 8 ਚਿਰਾਗ। ਹਲਕਾ ਬਟਾਲਾ ਦੇ ਪਿੰਡ ਡੱਲਾ ਵਿੱਚ ਇੱਕ ਘਰ ਦੀ ਛੱਤ ਡਿੱਗ ਪੈਣ ਕਰਕੇ ਵਾਪਰਿਆ ਦਰਦਨਾਕ ਹਾਦਸਾ। ਬੇਮੌਸਮੀ ਬਾਰਿਸ਼ ਕਾਰਨ ਕਿਸਾਨਾਂ ਦੇ ਵੀ ਚਿਹਰੇ ਮੁਰਝਾਏ। ਝੋਨੇ ਦੀ ਫਸਲ, ਪਸ਼ੂਆਂ ਦਾ ਚਾਰਾ ਅਤੇ ਫਲ ਫਰੂਟ ਦਾ ਹੋਇਆ ਭਾਰੀ ਨੁਕਸਾਨ। ਅਤੇ ਸ੍ਰੀਨਗਰ ਵਿੱਚ ਮੌਤ ਦਾ ਸ਼ਿਕਾਰ ਹੋਏ ਫੌਜ ਦੇ ਜਵਾਨ ਸੋਹਨਪਾਲ ਦਾ ਅੱਜ ਮੁਕੇਰੀਆਂ ਵਿੱਚ ਕੀਤਾ ਗਿਆ ਅੰਤਿਮ ਸੰਸਕਾਰ। ਡਿਊਟੀ ਦੌਰਾਨ ਦਿਲ ਦਾ ਦੌਰਾ ਪੈ ਜਾਣ ਕਰਕੇ ਹੋਇਆ ਸੀ। ਜੀ ਬੁਲੇਟਿਨ ਦੀ ਤਫਸੀਲ ਤੇ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਜੰਮੂ ਤੋਂ, ਜਿੱਥੇ ਕਰੀਬ 6 ਦਹਾਕਿਆਂ ਦੌਰਾਨ ਸਭ ਤੋਂ ਭਿਆਨਕ ਹੜ੍ਹਾਂ ਦਾ ਸਾਹਮਣਾ ਕਰ ਰਹੇ ਜੰਮੂ ਕਸ਼ਮੀਰ ਦੇ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਬਾਰਿਸ਼ ਜਿੱਥੇ ਆਮ ਲੋਕਾਂ 'ਤੇ ਕਹਿਰ ਬਣ ਕੇ ਟੁੱਟੀ ਹੈ, ਉੱਥੇ ਹੀ ਜੇਹਲਮ ਨਦੀ ਵਿੱਚ ਆਏ ਹੜ੍ਹ ਦੇ ਕਾਰਨ ਪੁਲਵਾਮਾ ਇਲਾਕੇ ਵਿੱਚ ਰਾਹਤ ਕਾਰਜਾਂ 'ਚ ਜੁਟੇ ਫੌਜ ਦੇ 9 ਜਵਾਨ ਪਾਣੀ ਵਿੱਚ ਰੁੜ ਗਏ। ਇਹਨਾਂ ਵਿੱਚ ਇੱਕ ਉੱਚ ਅਧਿਕਾਰੀ ਵੀ ਦੱਸਿਆ ਜਾ ਰਿਹਾ। ਹਾਲਾਂਕਿ ਇਹਨਾਂ ਵਿੱਚੋਂ 7 ਜਵਾਨਾਂ ਨੂੰ ਬਾਅਦ ਵਿੱਚ ਬਚਾ ਲਿਆ ਗਿਆ। ਹਾਦਸਾ ਉਸ ਵੇਲੇ ਵਾਪਰਿਆ ਜਦੋਂ ਪੰਪੋਰ ਇਲਾਕੇ ਵਿੱਚ ਇੱਕ ਬੇੜੀ ਦੀ ਮਦਦ ਨਾਲ ਫੌਜ ਦੇ ਇਹ ਜਵਾਨ ਹੜ੍ਹ ਦੇ ਪਾਣੀ ਵਿੱਚ ਫਸੇ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਵੇਲੇ ਪਾਣੀ ਦਾ ਤੇਜ਼ ਵਹਾਅ ਆਇਆ ਜਿਸ ਵਿੱਚ ਫੌਜ ਦੇ ਇਹ ਜਵਾਨ ਆਪਣਾ ਸੰਤੁਲਨ ਗਵਾ ਬੈਠੇ। ਅੱਜ ਸਾਰਾ ਦਿਨ ਇਸ ਇਲਾਕੇ ਵਿੱਚ ਹੜ੍ਹ ਪੀੜਤਾਂ ਨੂੰ ਬਚਾਉਣ ਦੇ ਲਈ ਫੌਜ ਦੀ ਕਾਰਵਾਈ ਲਗਾਤਾਰ ਜਾਰੀ ਰਹੀ। ਉੱਧਰ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਵਾਸਤੇ ਜੰਮੂ ਪਹੁੰਚੇ ਸਨ। ਉਹਨਾਂ ਨੇ ਹੈਲੀਕਾਪਟਰ ਦੇ ਜ਼ਰੀਏ ਇਹਨਾਂ ਇਲਾਕਿਆਂ ਦਾ ਦੌਰਾ ਵੀ ਕੀਤਾ। ਵਾਦੀ ਵਿੱਚ ਆਏ ਹੜ੍ਹਾਂ ਕਾਰਨ ਲੋਕਾਂ ਨੂੰ ਆਪਣੇ ਕਾਰੋਬਾਰ ਛੱਡ ਕੇ ਸੁਰੱਖਿਅਤ ਥਾਵਾਂ ਵੱਲ ਜਾਣ ਵਾਸਤੇ ਮਜਬੂਰ ਹੋਣਾ ਪੈ ਰਿਹਾ ਹੈ। ਉੱਧਰ ਰਾਜੌਰੀ ਜ਼ਿਲ੍ਹੇ ਵਿੱਚ ਲਗਾਤਾਰ ਬਾਰਿਸ਼ ਪੈਣ ਨਾਲ ਟਿੱਗਾਂ ਖਿਸਕਣ ਦਾ ਵੀ ਖਤਰਾ ਸੀ ਅਤੇ ਕਈ ਥਾਵਾਂ 'ਤੇ ਇਹ ਘਟਨਾਵਾਂ ਵੀ ਵਾਪਰੀਆਂ। ਕਸ਼ਮੀਰ ਵਿੱਚ ਵੀ ਹਾਲਾਤ ਤਣਾਅਪੂਰਨ ਬਣੇ ਹੋਏ ਨੇ। ਇੱਥੋਂ ਦੇ ਕਈ ਇਲਾਕੇ ਹੜ੍ਹ ਦੀ ਲਪੇਟ ਵਿੱਚ ਆਏ ਹੋਏ ਨੇ। ਉੱਧਰ ਅਨੰਤਨਾਗ ਜ਼ਿਲ੍ਹੇ ਵਿੱਚ 2 ਲੋਕਾਂ ਦੀ ਮੌਤ ਹੋ ਜਾਣ ਦੀ ਖਬਰ ਹੈ। ਇਸੇ ਤਰ੍ਹਾਂ ਪੰਜਾਬ ਵਿੱਚ ਪਿਛਲੇ 3 ਦਿਨਾਂ ਤੋਂ ਪੈ ਰਹੀ ਬਾਰਿਸ਼ ਕਾਰਨ ਗੁਰਦਾਸਪੁਰ ਦੇ ਪਿੰਡ ਡੱਲਾ ਵਿੱਚ ਇੱਕ ਘਰ ਦੀ ਛੱਤ ਡਿੱਗਣ ਕਰਕੇ ਇੱਕੋ ਹੀ ਪਰਿਵਾਰ ਦੇ 9 ਜੀਅ ਮਲਬੇ ਦੇ ਹੇਠਾਂ ਦੱਬ ਗਏ, ਜਿਨ੍ਹਾਂ ਵਿੱਚੋਂ 8 ਲੋਕਾਂ ਦੀ ਮੌਤ ਹੋ ਗਈ ਹੈ। ਇਹਨਾਂ ਵਿੱਚੋਂ ਇੱਕ ਲੜਕੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਮਰਨ ਵਾਲਿਆਂ ਵਿੱਚ 3 ਵਿਅਕਤੀ, 3 ਔਰਤਾਂ ਅਤੇ 2 ਮਾਸੂਮ ਬੱਚੇ ਸ਼ਾਮਲ ਨੇ। ਦੱਸਿਆ ਜਾ ਰਿਹਾ ਹੈ ਕਿ ਇਸ ਘਰ ਦੇ ਵਿੱਚ 2 ਦਿਨ ਬਾਅਦ ਇੱਕ ਕੁੜੀ ਦਾ ਵਿਆਹ ਹੋਣ ਵਾਲਾ ਸੀ ਅਤੇ ਕੁਝ ਰਿਸ਼ਤੇਦਾਰ ਵੀ ਘਰ ਵਿੱਚ ਆਏ ਹੋਏ ਸਨ। ਸਵੇਰ ਹੋਣ 'ਤੇ ਜਦੋਂ ਪਿੰਡ ਵਾਲਿਆਂ ਨੂੰ ਇਸ ਹਾਦਸੇ ਬਾਰੇ ਪਤਾ ਲੱਗਿਆ ਤਾਂ ਪੂਰੇ ਪਿੰਡ ਵਿੱਚ ਸਨਸਨੀ ਵਰਗਾ ਮਾਹੌਲ ਪੈਦਾ ਹੋ ਗਿਆ। ਇਸ ਨੂੰ ਜਿਸ ਨੇ ਵੀ ਦੇਖਿਆ ਉਹ ਦੰਗ ਰਹਿ ਗਿਆ। ਦੁਖਦਾਇਕ ਹਾਦਸਾ ਵਾਪਰਿਆ। ਇਹ ਜਿਹੜੀ 3 ਦਿਨ ਤੋਂ ਬਰਸਾਤ ਚੱਲ ਰਹੀ ਸੀ ਉਹਦੇ ਕਾਰਨ ਇਹ ਹਾਦਸਾ ਵਾਪਰਿਆ। ਇਹ ਨਾ ਮੰਗਲ ਸਿੰਘ ਦਾ ਇੱਕ ਮਜ਼ਦੂਰ ਸੀਗਾ। ਇਹਦਾ ਮਕਾਨ ਪੂਰਾ ਪੱਕਾ ਨਹੀਂ ਸੀਗਾ ਬਣਿਆ, ਕੋਈ ਕੱਚਾ ਸੀਗਾ ਮਕਾਨ। 8 ਜਾਣਿਆਂ ਦੀ ਮੌਤ ਮੌਕੇ 'ਤੇ ਹੋ ਗਈ ਸਵੇਰੇ ਪਿੰਡ ਦੇ ਪਤਵੰਤਿਆਂ ਨੇ, ਅਤੇ ਆਮ ਲੋਕਾਂ ਨੇ ਆਣ ਕੇ ਉਹ ਮਲਬਾ ਚੁੱਕਿਆ, ਜਿਸ ਵਿੱਚੋਂ 8 ਡੈੱਡ ਬੋਡੀਆਂ ਕੱਢੀਆਂ ਗਈਆਂ ਅਤੇ ਇੱਕ ਜਨਾਨੀ ਜਿਹੜੀ ਸਹਿਕਦੀ ਸੀਗੀ ਉਸ ਨੂੰ ਫੌਰਨ ਤੌਰ 'ਤੇ ਹਸਪਤਾਲ ਭੇਜ ਦਿੱਤਾ ਗਿਆ ਹੈ। ਉਮੀਦ ਕੀਤੀ ਜਾਂਦੀ ਹੈ ਕਿ ਸ਼ਾਇਦ ਉਹ ਪਰਮਾਤਮਾ ਕਰੇ ਕਿ ਉਹ ਬਚਾਅ ਹੋ ਜੂਗਾ ਉਹਦਾ। ਅਤੇ ਇਹ ਅਸੀਂ ਤਾਂ ਅਪੀਲ ਕਰਾਂਗੇ ਬਾਦਲ ਸਰਕਾਰ ਨੂੰ ਵੀ ਵੀ ਇਸ ਪਰਿਵਾਰ ਨੂੰ ਕੋਈ ਨਾ ਕੋਈ ਮੁਆਵਜ਼ੇ ਦੇ ਰੂਪ ਵਿੱਚ ਜ਼ਰੂਰ ਦਿੱਤਾ ਜਾਵੇ ਪਿੱਛੇ, ਤਾਂ ਜੋ ਉਹਦੀ ਇੱਕ ਬੇਟੀ
ਕੁਝ ਪਰਿਵਾਰਕ ਹੋਰ ਜੇ ਕੋਈ ਬਚਿਆ ਤੇ ਉਹਨਾਂ ਨੂੰ ਆਪਣਾ ਮਕਾਨ ਬਣਾ ਸਕਣ, ਕੁਝ ਆਪਣਾ ਸੌਖੀ ਜ਼ਿੰਦਗੀ ਬਤੀਤ। ਇਹ ਪਿੰਡ ਡੱਲਾ 'ਚ ਕੱਲ੍ਹ ਰਾਤੀ ਜਿਹੜੇ ਲਗਾਤਾਰ ਮੀਂਹ ਪੈ ਰਿਹਾ ਸੀਗਾ, ਉਹਨਾਂ ਮੰਗਲ ਸਿੰਘ ਸਾਨੂੰ ਪੈਰਾਂ ਦਾ ਮਕਾਨ ਸੀਗਾ, ਉਹ ਰੈਗੂਲਰ ਬਰਸਾਤ ਹੋਣ ਲੱਗ ਪਿਆ। ਉਹ ਮੰਗਲ ਸਿੰਘ ਦੇ ਸਮੇਤ ਉਹਦੇ 8 ਮੈਂਬਰ ਜਿਹੜੇ ਆ ਮਰ ਚੁੱਕੇ ਨੇ, ਇੱਕ ਉਹਦੀ ਨੌਵਾਂ ਜ਼ਖਮੀ ਹੋਈ ਹੈ। ਬਾਕੀ ਜਿਹੜੀ ਵੀ ਆ ਉਹਨਾਂ ਦੀ ਅਸੀਂ ਇੱਥੇ ਤੋਂ ਸਹੀ ਕਾਰਵਾਈ ਕਰ ਰਹੇ ਹਾਂ, ਬਾਕੀ ਜੋ ਅੱਗੇ ਹੋਊਗਾ ਉਹ ਕਰ ਰਹੇ ਹਾਂ। ਉਧਰ ਤਰਨ ਤਾਰਨ ਵਿਖੇ ਵੀ ਪਿੰਡ ਸਖੀਰਾ ਵਿੱਚ ਇੱਕ ਮਕਾਨ ਦੀ ਛੱਤ ਡਿੱਗਣ ਕਰਕੇ ਬਜ਼ੁਰਗ ਔਰਤ ਦੀ ਮੌਤ ਹੋ ਗਈ, ਜਦ ਕਿ 28 ਸਾਲ ਦਾ ਲੜਕਾ ਅਤੇ 2 ਨੌਜਵਾਨ ਅਤੇ 1 ਔਰਤ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤਰਨ ਤਾਰਨ ਦੇ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਦਰਅਸਲ ਬੀਤੀ ਰਾਤ ਇਹ ਸਾਰੇ ਲੋਕ ਘਰ ਦੇ ਇੱਕ ਕਮਰੇ ਵਿੱਚ ਸੁੱਤੇ ਪਏ ਸਨ, ਜਦੋਂ ਕਮਰੇ ਦੀ ਛੱਤ ਡਿੱਗਣ ਜਾਣ ਕਰਕੇ ਸਾਰਾ ਪਰਿਵਾਰ ਮਲਬੇ ਦੇ ਹੇਠਾਂ ਦੱਬ ਗਿਆ। ਪਿੰਡ ਵਾਸੀਆਂ ਨੇ ਭਾਰੀ ਜੱਦੋਜਹਿਦ ਤੋਂ ਬਾਅਦ ਇਸ ਪਰਿਵਾਰ ਨੂੰ ਮਲਬੇ ਵਿੱਚੋਂ ਬਾਹਰ ਕੱਢਿਆ ਅਤੇ ਹਸਪਤਾਲ ਪਹੁੰਚਾਇਆ। ਉਧਰ ਮੌਕੇ 'ਤੇ ਪਹੁੰਚੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ ਅਤੇ ਹਰ ਤਰ੍ਹਾਂ ਦੀ ਆਰਥਿਕ ਮਦਦ ਦੇਣ ਦਾ ਭਰੋਸਾ ਵੀ ਦਿੱਤਾ ਗਿਆ। ਸਾਰੇ ਆਲੇ ਦੁਆਲੇ ਪਿੱਛੋਂ ਵੀ ਅਤੇ ਇੱਧਰਲੇ ਬੰਨੋ ਸਾਈਡ ਤੋਂ ਡਿੱਗ ਪਈ ਆ, ਉੱਤੋਂ ਸੱਤ ਵੀ ਡਿੱਗ ਪਈ ਸਾਡੇ ਸਾਰਿਆਂ 'ਤੇ। ਮੁੜ ਕੇ ਇਹਨਾਂ ਨੂੰ ਬੱਚਣਾ ਅਸੀਂ ਕੱਢਿਆ, ਮੁੜ ਕੇ ਬੱਚਾ ਵੀ ਮੇਰਾ ਥੱਲੇ ਆ ਗਿਆ ਅਤੇ ਮੁੜ ਕੇ ਮੇਰੀ ਮਾਂ ਆ ਗਈ ਥੱਲੇ, ਮੇਰਾ ਭਰਾ ਵੀ ਉਹ, ਅਤੇ ਉਹਨਾਂ ਨੂੰ ਮੁੜ ਕੇ ਕੱਢਿਆ ਸਾਰਿਆਂ ਲੋਕਾਂ ਨੇ ਲਾਗੋ ਆਣ ਕੇ, ਅਤੇ ਮੁੜ ਕੇ ਸੱਟਾਂ ਮੁੜ ਕੇ ਹਸਪਤਾਲ ਲੈ ਕੇ ਆ ਗਏ। ਇੱਕ ਲੇਡੀ ਦੀ ਡੈਥ ਹੋ ਗਈ ਔਰ 4-5 ਜਾਣੇ ਜ਼ਖਮੀ ਹੋਏ ਨੇ, 2 ਐਡਮਿਟ ਨੇ ਇੱਥੇ, ਬਾਕੀ 2 ਨੂੰ ਮਾਈਨਰ ਹੈਗੀਆਂ ਸੱਟਾਂ ਲੱਗੀਆਂ ਹੋਈਆਂ, ਅਤੇ ਆਈ ਪ੍ਰੇ ਟੂ ਗੋਡ ਕਿ ਇਹਨਾਂ ਦੀ ਰਿਕਵਰੀ ਜਲਦੀ ਹੋਵੇ। ਬਾਕੀ ਜੋ ਇਹਨਾਂ ਨੂੰ ਸਾਡੇ ਵੱਲੋਂ ਹੈਲਪ ਮਿਲ ਸਕਦੀ ਹੈ, ਵੀ ਪੀਪਲ ਆਰ ਹੇਅਰ, ਅਤੇ ਸਰਕਾਰ ਨੂੰ ਇਹਨਾਂ ਦੀ ਇਨਫੋਰਮੇਸ਼ਨ ਭੇਜ ਰਹੀ ਹਾਂ ਤਾਂ ਕਿ ਇਹਨਾਂ ਨੂੰ ਜਲਦੀ ਤੋਂ ਜਲਦੀ ਕੰਪਨਸੇਸ਼ਨ ਮਿਲੇ, ਤਾਂ ਕਿ ਇਹਨਾਂ ਦਾ ਜਿਹੜਾ ਲੋਸ ਹੈ ਉਹ ਜਿੰਨਾ ਕੁ ਰਿਕਵਰ ਹੋ ਸਕਦਾ ਹੋ। ਕਸਬਾ ਅਲੀਵਾਲ ਦੇ ਪਿੰਡ ਗੁੱਜਰਪੁਰ ਦੇ ਨੇੜੇ ਬੀਤੇ ਕੁਝ ਦਿਨ ਪਹਿਲਾਂ ਮਨੀ ਰਾਮ ਨਾਮ ਦਾ ਇੱਕ ਵਿਅਕਤੀ ਨਹਿਰ ਵਿੱਚ ਡੁੱਬ ਗਿਆ ਸੀ, ਜਿਸ ਦੀ ਕਈ ਦਿਨਾਂ ਬਾਅਦ ਅੱਜ ਲਾਸ਼ ਬਰਾਮਦ ਹੋਈ ਹੈ। ਹਾਦਸੇ ਦੇ ਕਈ ਦਿਨ ਬੀਤ ਜਾਣ ਤੋਂ ਬਾਅਦ ਲਾਸ਼ ਦੀ ਹਾਲਤ ਇੰਨੀ ਖਰਾਬ ਹੋ ਚੁੱਕੀ ਸੀ, ਜਿਸ ਦੀ ਪਹਿਚਾਣ ਕਰਨੀ ਵੀ ਬੇਹੱਦ ਮੁਸ਼ਕਲ ਸੀ, ਪਰ ਪਰਿਵਾਰਕ ਮੈਂਬਰਾਂ ਨੇ ਇਸ ਦੀ ਸ਼ਨਾਖਤ ਕੀਤੀ ਹੈ ਕਿ ਇਹ ਲਾਸ਼ ਮਨੀ ਰਾਮ ਦੀ ਹੈ, ਜੋ ਕੁਝ ਦਿਨ ਪਹਿਲਾਂ ਆਪਣੇ ਕੁਝ ਸਾਥੀਆਂ ਨਾਲ ਇਸ ਨਹਿਰ ਵਿੱਚ ਨਹਾਉਣ ਵਾਸਤੇ ਆਇਆ ਸੀ ਅਤੇ ਪਾਣੀ ਵਿੱਚ ਡੁੱਬ ਗਿਆ ਸੀ। ਲਾਸ਼ ਨੂੰ ਲੱਭਣ ਦੀ ਕੋਸ਼ਿਸ਼ ਵੀ ਕੀਤੀ ਗਈ ਸੀ, ਪਰ ਕੋਈ ਕਾਮਯਾਬੀ ਉਸ ਵੇਲੇ ਪੁਲਿਸ ਦੇ ਹੱਥ ਨਹੀਂ ਲੱਗੀ। ਮੁੰਡਾ ਫੈਕਟਰੀ ਗਿਆ ਜੀ, ਫੈਕਟਰੀ ਦਾ ਹੀ ਮੁੰਡਾ ਲੈਣ ਆਇਆ, ਫੋਗਲ ਪਲਾਂਟ ਬਲਿਊ ਨੀਟ ਦੇ ਵਿੱਚ ਕੰਮ ਕਰਦਾ ਸੀ ਜੀ। ਹਾਂਜੀ, ਉਸੇ ਮੁੰਡੇ ਨੇ ਆ ਗਿਆ ਸਾਨੂੰ 3:30 ਵਜੇ ਦੱਸਤਾ ਕਿ ਤੁਹਾਡਾ ਮੁੰਡਾ ਜਿਹੜਾ ਮਨੀ ਸ਼ਰਮਾ ਉੱਥੇ ਆ ਨਹਿਰ ਦੇ ਵਿੱਚ ਡੁੱਬ ਗਿਆ। ਅਸੀਂ ਉਸ ਦਿਨ ਤੋਂ ਬਾਅਦ ਬਹੁਤ ਕੋਸ਼ਿਸ਼ ਕੀਤੀ, ਬਹੁਤ ਭਾਲ ਜਨਾਬ ਕੀਤੀ, ਹੜੀ ਕੇ ਪੁੱਤਣਾ ਜੀ ਟੋਬਾ ਵੀ ਲਿਆਉਂਦੇ, ਸਾਰੇ ਗੋਤਾਖੋਰ ਲਿਆ ਕੇ ਬਹੁਤ ਕੀਤਾ, ਨਹੀਂ ਸਾਨੂੰ ਪਤਾ ਲੱਗਾ ਕੋਈ ਵੀ ਮਾਰ। ਹਾਂਜੀ, ਅਤੇ ਅੱਜ ਸਾਨੂੰ ਸਵੇਰੇ ਪਤਾ ਲੱਗਾ, ਸੱਚੂ ਸਾਹਿਬ ਦਾ ਫੋਨ ਗਿਆ ਜਾਂ ਕਹਿਦਾ ਜੀ ਉੱਥੇ ਗੁੱਜਰਪੁਰਾ ਲਾਗੇ ਪਿੰਡ ਆ, ਉੱਥੇ ਇੱਕ ਗਲੀ ਸੜੀ ਨਹਿਰ ਹਾਂਜੀ ਲਾਸ਼ ਮਿਲੀ ਆ, ਬਹੁਤ ਮਾੜੀ ਹਾਲਤ ਦੇ ਵਿੱਚ। ਅਸੀਂ ਉਹਨੂੰ ਨਾ ਅੰਡਰਵੀਅਰ ਦੇ ਵਿੱਚ ਜਨਾਬ ਹਾਂਜੀ ਪਾਇਆ ਰਹੀ, ਉਹਨੂੰ ਉੱਥੋਂ ਸ਼ਨਾਖਤ ਹੋਈ ਹੈ ਕਿ ਇਹ ਮਨੀ ਸ਼ਰਮੇ ਦੀ ਲਾਸ਼। ਫਰੀਦਕੋਟ ਜ਼ਿਲ੍ਹੇ ਦੇ ਅੰਦਰ ਬੀਤੇ 24 ਘੰਟਿਆਂ ਤੋਂ ਰੁਕ ਰੁਕ ਕੇ ਹੋ ਰਹੀ ਲਗਾਤਾਰ ਬਾਰਿਸ਼ ਕਾਰਨ ਜਿੱਥੇ ਇਲਾਕੇ ਦੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ, ਉੱਥੇ ਹੀ ਇਸ ਬੇਮੌਸਮੀ ਬਾਰਿਸ਼ ਕਾਰਨ ਕਿਸਾਨਾਂ ਦੇ ਚਿਹਰਿਆਂ 'ਤੇ ਮਾਯੂਸੀ ਛਾ ਗਈ ਹੈ। ਇਸ ਬੇਮੌਸਮੀ ਬਾਰਿਸ਼ ਕਾਰਨ ਇਲਾਕੇ ਦੇ ਕਿਸਾਨਾਂ ਦੀਆਂ ਫਸਲਾਂ ਨੁਕਸਾਨੀਆਂ ਗਈਆਂ ਨੇ ਅਤੇ ਫਸਲਾਂ ਨੂੰ ਬਿਮਾਰੀਆਂ ਲੱਗਣ ਦਾ ਵੀ ਖਤਰਾ ਵੱਧ ਗਿਆ ਹੈ, ਜਿਸ ਕਾਰਨ ਝਾੜ ਉੱਪਰ ਵੀ ਇਸ ਦਾ ਅਸਰ ਪਏਗਾ। ਕਿਸਾਨਾਂ ਨੇ ਦੱਸਿਆ ਕਿ ਝੋਨੇ ਦੀ ਫਸਲ ਆਪਣੇ ਜੋਬਨ 'ਤੇ ਆਇਆ ਅਤੇ ਫਲ ਵੀ ਪੱਕ ਰਿਹਾ ਹੈ, ਜੇਕਰ ਲਗਾਤਾਰ ਬਾਰਿਸ਼ ਜਾਰੀ ਰਹਿੰਦੀ ਹੈ ਤਾਂ ਇਹ ਫਸਲਾਂ ਪੂਰੀ ਤਰ੍ਹਾਂ ਤਬਾਹ ਹੋ ਜਾਣਗੀਆਂ ਅਤੇ ਕਿਸਾਨਾਂ ਨੂੰ ਇਸ ਨਾਲ ਭਾਰੀ ਨੁਕਸਾਨ ਝੱਲਣਾ ਪਏਗਾ।
ਉਧਰ ਖੇਤੀ ਮਾਹਰਾਂ ਨੇ ਵੀ ਲਗਾਤਾਰ ਹੋ ਰਹੀ ਬਾਰਿਸ਼ ਨੂੰ ਨੁਕਸਾਨਾਂ ਵਾਸਤੇ ਨੁਕਸਾਨ ਦੱਸਿਆ ਹੈ। ਝੋਨੇ ਫਸਲ ਦਾ ਸਾਰਾ ਹੀ ਨੁਕਸਾਨ ਹੋ ਗਿਆ, ਜਿਹੜੀ ਡੁੱਬ ਗਈ ਆ ਗੰਬੋਲੇ 'ਤੇ ਆ ਉਹਨੇ ਨਹੀਂ ਨਿਸਰਨ ਵਾਲੀ ਪੂਰਾ ਨਹੀਂ ਗਾ, ਨੁਕਸਾਨ ਉਹਦਾ ਸਾਰਾ ਹੀ ਆ। ਕੋਈ ਦਾਣਾ ਨਿਕਲੂ ਕੋਈ ਨਾ ਨਿਕਲੂਗਾ, ਡੁੱਬ ਕੇ ਨਿਸਰਨ ਦਾ ਹੈ ਨਹੀਂ, ਜਿਹੜਾ ਕੋਈ ਨਿਸਰਿਆ ਉਹਦਾ ਉਦੋਂ ਜ਼ਿਆਦਾ ਨੁਕਸਾਨ ਹੋ ਗਿਆ। ਸਾਹ ਤਾਂ ਜੀ ਬਿਲਕੁਲ ਬੇਮੌਸਮੀ ਹੈ, ਜਿਹੜਾ ਨਰਮੇ ਨੂੰ ਤਾਂ ਬਿਲਕੁਲ ਹੀ ਨੁਕਸਾਨ ਹੈ ਜੀ, ਜਿਹੜਾ ਝੋਨੇ ਨੂੰ ਵੀ, ਜਿਹੜੇ ਝੋਨੇ ਨਿਸਰੇ ਵੇ ਆ ਬਿਲਕੁਲ ਉਹਨਾਂ ਦਾ ਬੂਰ ਕਾਲਾ ਹੋ ਜੂਗਾ ਜੀ, ਦਾਣੇ ਕਾਲੇ ਹੋਣਗੇ, ਨੁਕਸਾਨ ਹੀ ਹੈ ਜੀ ਹੁਣੇ ਤਾਂ। ਅਤੇ ਕਿੰਨਾ ਕੁ ਰਕਬਾ ਆਪਣਾ ਨੁਕਸਾਨ ਹੇਠਾ ਹੈ? ਜਿਹੜਾ ਜਾਣੀ ਗੁਆਰੀ ਸੀਗੀ ਜਾਂ ਨਰਮਾ ਸੀਗਾ ਉਹ ਤਾਂ ਖਤਮ ਹੀ ਹੋ ਗਈ ਜੀ। ਜਿਹੜਾ ਝੋਨਾ ਹੁਣ ਪਾਣੀ ਵਧੀ ਜਾਂਦਾ ਜੀ, ਲੰਗੀਆਂ ਟਰੇਨ 'ਚ ਪਾਣੀ ਵਧੀ ਜਾਂਦਾ। ਜੇਕਰ ਜਿਵੇਂ ਹੁਣ ਮੋਇਸਚਰ ਜ਼ਿਆਦਾ ਇਸ ਬਾਰਿਸ਼ ਨਾਲ ਹੋ ਜਾਣਾ, ਇਸ ਤੋਂ ਬਾਅਦ ਜੇਕਰ ਗਰਮੀ ਵੱਧਦੀ ਹੈ, ਤਾਪਮਾਨ ਵੱਧਦਾ ਹੈਗਾ ਅਤੇ ਕੀੜਾ ਪੈਦਾ ਹੋ ਸਕਦਾ ਹੈਗਾ ਝੋਨੇ ਦੇ ਵਿੱਚ, ਜਿਵੇਂ ਪੱਤਾ ਲਪੇਟ ਸੁੰਡੀ ਜਾਂ ਉਹਦੇ ਵਿੱਚ ਗੋਭ ਦੀ ਸੁੰਡੀ, ਇਹ ਜਿਹੜੇ ਕੀੜੇ ਆਉਂਦੇ ਨੇ ਜਾਂ ਜਿਹੜਾ ਪਲਾਂਟ ਹੋਪਰ ਆਉਂਦਾ ਹੈਗਾ ਉਹ ਜਿਹੜੇ ਕੀੜੇ ਆ ਇਸ ਦੇ ਨਾਲ, ਇਸ ਤੋਂ ਪਹਿਲਾਂ ਕੀੜੇ ਦਾ ਕੋਈ ਨੁਕਸਾਨ ਨਹੀਂ ਸੀ, ਪਰ ਬਾਰਿਸ਼ ਦੇ ਨਾਲ ਸਿੱਲਾ ਮੌਸਮ ਹੋਣ ਕਰਕੇ ਤਾਪਮਾਨ ਜੇਕਰ ਵਧਣ ਦੇ ਨਾਲ ਇਹ ਜਿਹੜਾ ਥੋੜ੍ਹਾ ਜਿਹਾ ਵੱਧ ਸਕਦਾ। ਸ਼੍ਰੀਨਗਰ ਦੇ ਮੇਡਰ ਸੈਕਟਰ ਵਿੱਚ ਅਚਾਨਕ ਮੌਤ ਦਾ ਸ਼ਿਕਾਰ ਹੋ ਗਏ ਫੌਜ ਦੇ ਜਵਾਨ ਸੋਹਨਪਾਲ ਦਾ ਅੱਜ ਮੁਕੇਰੀਆਂ ਦੇ ਨਜ਼ਦੀਕੀ ਪਿੰਡ ਫੱਤੂਵਾਲ ਵਿਖੇ ਗਮਗੀਨ ਮਾਹੌਲ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ। ਤਿਰੰਗੇ ਵਿੱਚ ਲਿਪਟੀ ਮ੍ਰਿਤਕ ਜਵਾਨ ਦੀ ਦੇਹ ਲੈ ਕੇ ਫੌਜ ਦੀ ਗੱਡੀ ਜਦੋਂ ਪਿੰਡ ਵਿੱਚ ਪਹੁੰਚੀ ਤਾਂ ਹਰ ਕਿਸੇ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ। ਦਰਅਸਲ ਸੋਹਨਪਾਲ ਦੀ ਡਿਊਟੀ ਦੌਰਾਨ ਦਿਲ ਦਾ ਦੌਰਾ ਪੈ ਜਾਣ ਕਰਕੇ ਬੀਤੇ ਦਿਨ ਮੌਤ ਹੋ ਗਈ ਸੀ। ਇਸ ਮੌਕੇ ਫੌਜ ਦੇ ਜਵਾਨਾਂ ਨੇ ਸਲਾਮੀ ਦੇ ਕੇ ਆਪਣੇ ਸਾਥੀ ਨੌਜਵਾਨ ਨੂੰ ਅੰਤਿਮ ਵਿਦਾਇਗੀ ਦਿੱਤੀ। ये 37 RR में इस टाइम एम्प्लॉय थे और ये 20 पंजाब के पहले इनकी यूनिट थी और दो साल के लिए ईआरई पर आ रहे थे, जो कि मेंडर सेक्टर में और ड्यूटी के दौरान हार्ट अटैक से उनकी मृत्यु हो गई, जो कि उनका शव उनके परिवार को सौंप दिया गया। फैमिली के लिए पेंशन और परिवार के लिए जो उसका फंड वगैरह वो उनके परिवार को दिया जाए। ਸਫਾਈ ਸੇਵਕਾਂ ਦੀ ਹੜਤਾਲ ਕਾਰਨ ਰਾਮਪੁਰਾ ਵਿੱਚ ਥਾਂ ਥਾਂ ਗੰਦਗੀ ਦੇ ਢੇਰ ਲੱਗੇ ਹੋਏ ਨੇ ਅਤੇ ਸ਼ਹਿਰ ਵਾਸੀ ਖਾਸੇ ਪਰੇਸ਼ਾਨ ਨਜ਼ਰ ਆ ਰਹੇ ਨੇ। ਪਿਛਲੇ ਕਈ ਦਿਨਾਂ ਤੋਂ ਸ਼ਹਿਰ ਵਿੱਚੋਂ ਕੂੜਾ ਨਾ ਚੁੱਕੇ ਜਾਣ ਕਰਕੇ ਲੋਕਾਂ ਵਿੱਚ ਹੁਣ ਬਿਮਾਰੀਆਂ ਫੈਲਣ ਦਾ ਵੀ ਖਦਸ਼ਾ ਦਿਨੋ ਦਿਨ ਵੱਧਦਾ ਜਾ ਰਿਹਾ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਮੀਂਹ ਪੈਣ ਕਰਕੇ ਹੁਣ ਇਸ ਕੂੜੇ ਵਿੱਚੋਂ ਬਦਬੂ ਵੀ ਆਉਣ ਲੱਗ ਪਈ ਹੈ ਅਤੇ ਉੱਧਰ ਸਫਾਈ ਕਰਮਚਾਰੀਆਂ ਦੀ ਜ਼ਿੱਦ ਹੈ ਕਿ ਜਿੰਨੀ ਦੇਰ ਤੱਕ ਸਰਕਾਰ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੰਦੀ, ਉਹ ਆਪਣੀ ਹੜਤਾਲ ਇਸੇ ਤਰ੍ਹਾਂ ਜਾਰੀ ਰੱਖਣਗੇ। ਉਹਨਾਂ ਆਪਣੀਆਂ ਮੰਗਾਂ ਨੂੰ ਇੱਕ ਵਾਰ ਫਿਰ ਦੁਹਰਾਉਂਦੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਆਪਣਾ ਸੰਘਰਸ਼ ਤੇਜ਼ ਕਰਨ ਵਾਸਤੇ ਮਜਬੂਰ ਹੋ ਜਾਣਗੇ ਅਤੇ ਜਦੋਂ ਤੱਕ ਉਹਨਾਂ ਨੂੰ ਪੱਕੇ ਕਰਨ ਦੀਆਂ ਸਰਕਾਰ ਮੰਗਾਂ ਨਹੀਂ ਮੰਨ ਲੈਂਦੀ ਉਹ ਆਪਣੀਆਂ ਹੜਤਾਲ ਨਹੀਂ ਤੋੜਨਗੇ। ਇਸ ਟਾਈਮ ਬਹੁਤ ਬਿਮਾਰੀਆਂ ਫੈਲ ਰਹੀਆਂ ਹੈਗੀਆਂ, ਸਫਾਈ ਸੇਵਕ ਭੁੱਖ ਹੜਤਾਲ ਦੇ ਬੈਠੇ ਆ, ਉਹਨਾਂ ਦਾ ਉਹ ਵੀ ਕੀ ਕਰਨਾ, ਉਹਨਾਂ ਨੂੰ ਤਨਖਾਹ ਨਹੀਂ ਮਿਲ ਰਹੀ। ਜੇਕਰ ਬਾਰਿਸ਼ ਹੁੰਦੀ ਅੱਜ ਤਾਂ ਇਹ ਸਾਰਾ ਕੂੜਾ ਕਟਰ ਜਿੰਨਾ ਲੋਕਾਂ ਦੇ ਘਰਾਂ ਜਾਊਗਾ, ਲੋਕਾਂ ਨੇ ਘਰਾਂ ਜਾਣ ਨਾਲ ਬਿਮਾਰੀਆਂ ਫੈਲਣੀਆਂ ਹੀ ਹੈ, ਮਹਾਂਮਾਰੀ ਫੈਲਣਾ ਡਰ ਹੈ ਜੀ। 24ਵਾਂ ਦਿਨ ਹੈਗਾ ਹੜਤਾਲ ਨੂੰ, ਅੱਜ ਮਾੜਾ ਹਾਲ ਤਾਂ ਹੋਣਾ ਹੀ ਹੈ, ਇਸ ਦੇ ਨਾਲ ਮਾੜੇ ਹਾਲ ਦੇ ਨਾਲ ਨਾਲ ਇਹਦੀ ਮੈਂ ਬੇਨਤੀ ਕਰੂੰਗਾ ਸ਼ਹਿਰ ਵਾਸੀਆਂ ਨੂੰ ਵੀ ਉਹ ਵੀ ਸਾਡਾ ਜਿਹੜਾ ਹੈ ਸਹਿਯੋਗ ਦੇਣ, ਜੋ ਗੁੰਗੀ ਬੋਲੀ ਸਰਕਾਰ ਤੱਕ ਸਾਡੀ ਆਵਾਜ਼ ਜਿਹੜੀ ਹੈ ਬੁਲੰਦ ਹੋ ਸਕੇ। ਅਤੇ ਖਬਰ ਮੋਗਾ ਤੋਂ ਹੈ, ਜਿੱਥੋਂ ਦੇ ਗੁਰਦੁਆਰਾ ਦਸਮੇਸ਼ ਪ੍ਰਕਾਸ਼ ਸਾਹਿਬ ਕੋਟਕਪੂਰਾ ਰੋਡ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਅਗਨ ਪੇਂਟ ਹੋ ਜਾਣ ਦੀ ਮੰਦਭਾਗੀ ਖਬਰ ਹੈ।
ਇਹ ਘਟਨਾ ਗੁਰਦੁਆਰਾ ਸਾਹਿਬ ਵਿੱਚ ਬਿਜਲੀ ਦਾ ਸ਼ਾਰਟ ਸਰਕਟ ਕਰਕੇ ਵਾਪਰੀ ਹੈ। ਪ੍ਰਬੰਧਕਾਂ ਦੇ ਮੁਤਾਬਕ ਗੁਰਦੁਆਰਾ ਸਾਹਿਬ ਦੇ ਵਿੱਚ ਬਿਜਲੀ ਦੀ ਸਪਲਾਈ ਖਰਾਬ ਹੋ ਗਈ ਸੀ, ਜਿਸ ਕਾਰਨ ਸ਼ਾਮ ਦੇ ਸਮੇਂ ਬਿਜਲੀ ਮਕੈਨਿਕ ਨੂੰ ਸੱਦਿਆ ਗਿਆ ਅਤੇ ਜਦੋਂ ਬਿਜਲੀ ਮਕੈਨਿਕ ਬਿਜਲੀ ਠੀਕ ਕਰ ਰਿਹਾ ਸੀ ਤਾਂ ਅਚਾਨਕ ਤਾਰਾਂ ਜੁੜਨ ਕਾਰਨ ਇਹ ਸ਼ਾਰਟ ਸਰਕਟ ਹੋ ਗਈ। ਹਾਦਸੇ ਵਿੱਚ ਸੱਚਖੰਡ ਵਿਖੇ ਪਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 6 ਸਰੂਪਾਂ ਦੇ ਵਿੱਚੋਂ 2 ਸਰੂਪ ਅਗਨ ਭੇਂਟ ਹੋ ਗਏ। ਜੀ ਉੱਧਰ ਦਿੜਬਾ ਸ਼ਹਿਰ ਦੇ ਅੰਦਰ ਕੁਝ ਅਣਪਛਾਤੇ ਚੋਰਾਂ ਨੇ ਇੱਕ ਕੱਪੜੇ ਦੀ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾਇਆ ਅਤੇ ਦੁਕਾਨ ਵਿੱਚੋਂ ਕਰੀਬ 60,000 ਰੁਪਏ ਦੀ ਨਕਦੀ ਅਤੇ ਲੱਖਾਂ ਰੁਪਏ ਦਾ ਕੱਪੜਾ ਚੋਰੀ ਕਰਕੇ ਰਫੂ ਚੱਕਰ ਹੋ ਗਏ। ਇਹ ਘਟਨਾ ਰਾਤ ਦੇ ਸਮੇਂ ਵਾਪਰੀ ਅਤੇ ਸਵੇਰ ਹੋਣ 'ਤੇ ਮੌਕੇ 'ਤੇ ਪਹੁੰਚੇ ਦਸੂਹਾ ਪੁਲਿਸ ਨੇ ਹਾਲਾਤਾਂ ਦਾ ਜਾਇਜ਼ਾ ਲਿਆ ਅਤੇ ਅਣਪਛਾਤੇ ਚੋਰਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ। ਦੁਕਾਨਦਾਰ ਦੀ ਮੰਨੀ ਹੈ ਤਾਂ ਚੋਰੀ ਹੋਏ ਕੱਪੜੇ ਦੀ ਕੀਮਤ ਲਗਭਗ 4 ਤੋਂ 4.5 ਲੱਖ ਰੁਪਏ ਹੈ। ਉੱਧਰ ਆਮ ਸ਼ਹਿਰ ਵਾਸੀ ਵੀ ਆਏ ਦਿਨ ਅਜਿਹੇ ਚੋਰਾਂ ਵੱਲੋਂ ਕੀਤੀਆਂ ਜਾ ਰਹੀਆਂ ਵਾਰਦਾਤਾਂ ਨੂੰ ਲੈ ਕੇ ਆਪਣੀ ਚਿੰਤਾ ਜ਼ਾਹਿਰ ਕਰ ਰਹੇ ਨੇ। ਸਵੇਰੇ ਜਦੋਂ ਸਾਡੇ ਮੁਲਾਜ਼ਮ ਨੇ ਸ਼ਰਟ ਖੋਲ੍ਹੀ ਉਦੋਂ ਪਤਾ ਲੱਗਿਆ ਵੀ ਇੱਥੇ ਸਾਡੀ ਦੁਕਾਨ 'ਚ ਚੋਰੀ ਹੋ ਗਈ। ਇਹਦੇ ਵਿੱਚ ਸਾਡਾ 60,000 ਰੁਪਏ ਕੈਸ਼ ਲੱਗ ਗਿਆ ਜੀ, ਬਾਕੀ ਕੱਪੜਾ ਚੋਰੀ ਕਰਕੇ ਲੈ ਗਏ ਜੀ। ਤਕਰੀਬਨ 4.5-5 ਲੱਖ ਦੇ ਕਰੀਬ ਸਾਡਾ ਨੁਕਸਾਨ ਹੋ ਗਿਆ। ਪ੍ਰਸ਼ਾਸਨ ਗੌਰ ਕਰਕੇ ਜੀ ਸਾਡੇ ਚੋਰੀ ਕਢਵਾ ਕੇ ਦੇਵੇ ਸਾਨੂੰ, ਫਿਰ ਤਾਂ ਇਹੀ ਮੰਗ ਹੈ ਜੀ। ਸਾਨੂੰ ਕਲੂ ਮਿਲੇ ਨੇ ਕੁਛ, ਉਹ ਚੈੱਕ ਕਰਦੇ ਅਸੀਂ ਜਲਦੀ ਇਹਨਾਂ ਨੂੰ ਦੋਸ਼ਾਂ ਨੂੰ ਇਹ ਉਹ ਦੱਸਣਗੇ ਚੈੱਕ ਕਰਕੇ। ਕੁਛ ਕੱਪੜੇ ਗਏ ਨੇ, ਕੁਛ ਉਹਨਾਂ ਨੇ ਗੱਲ ਜੋ ਤੇ ਜਾਂਦੇ ਜਾਂਦੇ ਇੱਕ ਵਾਰੀ ਫਿਰ ਨਜ਼ਰ ਪਾਵਾਂਗੇ ਹੁਣ ਤੱਕ ਦੀਆਂ ਖਾਸ ਖਬਰਾਂ ਤੇ। ਜੇਲਮ ਨਦੀ ਵਿੱਚ ਆਏ ਹੜ੍ਹ ਕਾਰਨ ਜੰਮੂ ਵਿੱਚ ਹਾਲਾਤ ਵੱਧ ਤੋਂ ਹੋਏ ਬਦਤਰ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਕੀਤਾ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ। ਪਿਛਲੇ 3 ਦਿਨਾਂ ਤੋਂ ਪੈ ਰਹੀ ਬਾਰਿਸ਼ ਨੇ ਬੁਝਾਏ ਇੱਕੋ ਹੀ ਪਰਿਵਾਰ ਦੇ 8 ਚਿਰਾਗ। ਹਲਕਾ ਬਟਾਲਾ ਦੇ ਪਿੰਡ ਡੱਲਾ ਵਿੱਚ ਇੱਕ ਘਰ ਦੀ ਛੱਤ ਡਿੱਗ ਪੈਣ ਕਰਕੇ ਵਾਪਰਿਆ ਦਰਦਨਾਕ ਹਾਦਸਾ। ਬੇਮੌਸਮੀ ਬਾਰਿਸ਼ ਕਾਰਨ ਕਿਸਾਨਾਂ ਦੇ ਵੀ ਮੁਰਝਾਏ ਚਿਹਰੇ। ਝੋਨੇ ਦੀ ਫਸਲ, ਪਸ਼ੂਆਂ ਦਾ ਚਾਰਾ ਅਤੇ ਫਲ ਫਰੂਟ ਦਾ ਹੋਇਆ ਭਾਰੀ ਨੁਕਸਾਨ। ਸ੍ਰੀਨਗਰ ਵਿੱਚ ਮੌਤ ਦਾ ਸ਼ਿਕਾਰ ਹੋ ਗਏ ਫੌਜ ਦੇ ਜਵਾਨ ਸੋਹਨਪਾਲ ਦਾ ਅੱਜ ਮੁਕੇਰੀਆਂ ਵਿੱਚ ਕੀਤਾ ਗਿਆ ਅੰਤਿਮ ਸੰਸਕਾਰ। ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਰਕੇ ਹੋਇਆ ਸੀ ਦੇਹਾਂਤ। ਸੋ ਇਸ ਬੁਲੇਟਿਨ ਵਿੱਚ ਫਿਲਹਾਲ ਇੰਨਾ ਹੀ, ਕੁਝ ਹੋਰ ਖਬਰਾਂ ਨਾਲ ਫਿਰ ਮਿਲਾਂਗੇ। ਤਦ ਤੱਕ ਲਈ ਇਜਾਜ਼ਤ।